आम आदमी पार्टी है जिन्हें पंजाब के लोगों को चार दिन पूछा, लोगों ने मैसेज राही, लोगों ने वट्सअप राही, लोगों ने कॉल करके तकरीबन 23 लाख लोगों की रह ली, 23 लाख लोगों ने दसिया कि जिदे 93% लोगों ने पंजाब की आन बान ते शान पंजाबियों के मान सरदार भगवंत सिंह का नाम उन्होंने दसिया ते केजरीवाल साहब ने जो पंजाबियों ने हुक्म किया पंजाबियों के हुक्म से फुल चढ़ाते हुए भगवंत सिंह मान का नाम अनाउंस कर दिता। जिहड़े विरोधी कहिंदे सी कि केजरीवाल साहब ते इल्जाम लाउंदे सी कि सीएम कोई बाहर दा होऊगा, अज उन्हां दे मूंह बंद हो गए। अज उन्हां नूं तुसीं देखो भी कंबा छिड़िया पिया। पंजाबियों के मनां दे विच बहुत खुशी है कि साडे पंजाब दे बहुत हरमन प्यारे लीडर नेता जो पंजाब दे प्रधान भी ने, अज पार्टी ने उन्हां दा नां एज ए सीएम चेहरे वजों अनाउंस किया है। ਲੋਕਾਂ ਦੀ ਬਹੁਤ ਸਮੇਂ ਤੋਂ ਇਹ ਮੰਗ ਸੀ। ਦੇਖੋ ਜੀ, ਇਹ ਤਾਂ ਤੁਹਾਨੂੰ ਲੋਕਾਂ ਦੇ ਚਿਹਰੇ ਦੱਸ ਸਕਦੇ ਆ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਭਗਵੰਤ ਮਾਨ ਨੂੰ ਐਜ਼ ਅ ਸੀਐਮ ਅਨਾਉਂਸ ਕੀਤਾ। ਇਹ ਆਪਣੀ ਆਮ ਆਦਮੀ ਪਾਰਟੀ ਸਿਰਫ ਇੱਕੋ ਇੱਕ ਪਾਰਟੀ ਹੈ ਜਿਸ ਨੇ ਸੀਐਮ ਦਾ ਚਿਹਰਾ ਸਾਡੇ ਉੱਤੇ ਸਿਰਫ ਥੋਪਿਆ ਨਹੀਂ, ਸਾਡੇ ਲੋਕਾਂ ਦੀ ਰਹਿ ਲੈ ਕੇ ਸਾਡੇ ਚੋਂ ਇੱਕ ਸੀਐਮ ਫੇਸ ਹੈ ਜਿਹੜਾ ਇੱਕ ਆਮ ਆਦਮੀ ਸੀਐਮ ਫੇਸ ਐਜ਼ ਅ ਸੀਐਮ ਫੇਸ ਦਿੱਤਾ। ਜਿਹੜਾ ਇਹ ਸੀਐਮ ਦਾ ਚਿਹਰਾ ਅੱਜ ਅਨਾਉਂਸ ਕੀਤਾ ਆਮ ਆਦਮੀ ਪਾਰਟੀ ਨੇ, ਲੋਕਾਂ ਦੀ ਰਾਏ ਸੀਗੀ, ਇਹ ਲੋਕਾਂ ਦੀ ਮੋਹਰ ਲੱਗੀ ਹੋਈ ਹੈ, ਲੋਕਾਂ ਦੀ ਮੋਹਰ ਲੱਗਣ ਕਰਕੇ ਇਹ ਸੀਐਮ ਦਾ ਚਿਹਰਾ ਹੋਇਆ, ਉਹ ਸੀਐਮ ਬਣ ਚੁੱਕੇ ਨੇ। ਬਰਨਾਲੇ ਦੇ ਵਿੱਚ ਹੀ ਦੀਵਾਲੀ ਵਰਗਾ ਮਾਹੌਲ ਆ, ਜਿਸ ਤਰ੍ਹਾਂ ਦੀਵਾਲੀ ਨੂੰ ਪੜਾਕੇ ਪੈਂਦੇ ਆ ਉਸ ਤਰ੍ਹਾਂ ਸ਼ਾਮ ਨੂੰ ਪੜਾਕੇ ਚੱਲਣਗੇ। ਅੱਜ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਨਾਮ ਅਨਾਉਂਸ ਹੁੰਦੇ ਸਰ, ਕਿਸ ਤਰ੍ਹਾਂ ਭੰਗੜੇ ਪਾਏ ਆ ਲੋਕ ਵਲੰਟੀਅਰਾਂ ਵੱਲੋਂ। ਠੀਕ ਹੈ ਜੀ, ਹੁਣ ਜਿਹੜੀ ਲੰਮੇ ਟਾਈਮ ਦੀ ਮੰਗ ਸੀ ਵਲੰਟੀਅਰਾਂ ਦੀ ਉਹ ਅੱਜ ਪੂਰੀ ਹੋਈ ਆ, ਹੁਣ ਅੱਜ ਤੋਂ ਚੋਣ ਮੈਂ ਭਖੂਗੀ। ਤੁਸੀਂ ਹੁਣ ਤੁਸੀਂ ਸਰਵੇ ਦੇਖੋ ਕਿਵੇਂ ਅੱਪ ਹੁੰਦੇ ਆ, ਆਮ ਆਦਮੀ ਪਾਰਟੀ ਕਿਸ ਤਰ੍ਹਾਂ ਅੱਪ ਹੋਊਗੀ। 75+ ਸੀਟਾਂ ਲੈ ਕੇ ਜੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਊਗੀ। ਖੁਸ਼ੀ ਦੀ ਗੱਲ ਆ, ਬਾਕੀ ਸਾਡੇ ਜਿਹੜੇ ਵਲੰਟੀਅਰ ਨੇ ਵਰਕਰ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੋ ਗਿਆ ਜੀ। ਇਹ ਚੀਜ਼ ਨੂੰ ਅਸੀਂ ਵੇਟ ਕਰਦੇ ਸੀ ਵੀ ਜਦੋਂ ਮੁੱਖ ਮੰਤਰੀ ਦਾ ਚੇਲਾ ਐਲਾਨਿਆ ਜਾਊਗਾ ਭਗਵੰਤ ਮਾਨ ਜੀ ਨੂੰ, ਤਾਂ ਅਸੀਂ ਪਾਰਟੀ ਦੇ ਵਿੱਚ ਤਨੋ ਮਨੋ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਤਾਂ ਜੋ ਸਾਡਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਇਸ ਨੂੰ ਅਸੀਂ ਬਿਰਾਜਮਾਨ ਕਰਾਂਗੇ ਕੁਰਸੀ ਦੇ ਉੱਤੇ।